ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਇੱਕ ਸੰਕਟ 'ਚ ਚੱਲ ਰਹੀ ਸੀ, ਪਰ ਪਿਛਲੇ 3 ਸਾਲਾਂ ਤੋਂ ਜੋ ਵੀ ਸੀ ਸਾਹਿਬ ਨੇ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਕਸਦ ਆ ਪੰਜਾਬੀ ਦੇ ਵਿਕਾਸ ਵਾਸਤੇ ਕੰਮ ਕੀਤਾ। ਪੰਜਾਬੀ ਨੂੰ ਇੰਨੇ ਜ਼ਿਆਦਾ ਸਮਰਪਿਤ ਨੇ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰੁੱਖਾਂ ਦਾ ਵੀ ਪੰਜਾਬੀਕਰਨ ਕੀਤਾ ਅਤੇ ਸਬਜੈਕਟਾਂ ਨੂੰ ਇਸ ਤਰੀਕੇ ਨਾਲ ਵਿਉਂਤਿਆ ਕਿ ਪੰਜਾਬੀ ਦਾ ਵਿਕਾਸ ਹੋ ਸਕੇ, ਹਰ ਖੇਤਰ ਤੋਂ ਪੰਜਾਬੀ ਦਾ ਵਿਕਾਸ ਹੋ ਸਕੇ। ਇਹ ਸਰਕਾਰ, ਮੌਜੂਦਾ ਸਰਕਾਰ ਇੱਕੋ ਗੱਲ ਕਹਿੰਦੀ ਹੈ ਕਿ ਅਸੀਂ ਸਿੱਖਿਆ ਦਾ ਵਿਕਾਸ ਕਰਨਾ, ਸਿੱਖਿਆ ਨੂੰ ਉੱਪਰ ਲਿਆਉਣਾ ਸਾਡਾ ਮੰਤਵ ਹੈ। ਪਰ ਹੁਣ ਤੱਕ ਸਾਰੇ ਵਾਈਸ ਚਾਂਸਲਰ ਸਾਹਿਬਾਨ ਨੂੰ ਐਕਸਟੈਂਸ਼ਨ ਮਿਲੀ, ਉਹਨਾਂ ਵਾਈਸ ਚਾਂਸਲਰ ਸਾਹਿਬਾਨ ਨੇ ਕੰਮ ਕੀਤਾ, ਹੋ ਸਕਦਾ ਚੰਗੀ ਗੱਲ ਹੈ। ਪਰੰਤੂ ਜਿੰਨਾ ਕੰਮ, ਸਾਰੀ ਯੂਨੀਵਰਸਿਟੀ ਗਵਾਹ ਹੈ ਇਸ ਗੱਲ ਦੀ, ਜਿੰਨਾ ਕੰਮ ਮੌਕੇ ਦੇ ਵਾਈਸ ਚਾਂਸਲਰ ਸਾਹਿਬ ਨੇ ਕੀਤਾ, ਇੰਨਾ ਕੋਈ ਨਹੀਂ ਕਰ ਸਕਦਾ। ਪੰਜਾਬ ਸਰਕਾਰ ਤਾਂ ਅਸੀਂ ਇਸ ਗੱਲੋਂ ਜ਼ਰੂਰੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੀ ਗ੍ਰਾਂਟ ਵਧਾਈ। ਗ੍ਰਾਂਟ ਵਧਾ ਕੇ ਜਦੋਂ ਯੂਨੀਵਰਸਿਟੀ ਬਿਲਕੁਲ ਲੀਹਾਂ 'ਤੇ ਆ ਗਈ ਤਾਂ ਸਾਡੇ ਤੋਂ ਇੱਕ ਬਹੁਤ ਹੀ ਓਨੈਸਟ, ਇਮਾਨਦਾਰ ਅਤੇ ਇੱਕ ਵਧੀਆ ਐਡਮਿਨਿਸਟ੍ਰੇਟਿਵ ਜਿਹਨੇ ਯੂਨੀਵਰਸਿਟੀ ਨੂੰ ਲੀਹਾਂ 'ਤੇ ਲੈ ਕੇ ਆਉਂਦਾ, ਉਹਨੂੰ ਸਾਡੇ ਤੋਂ ਜਿਵੇਂ ਇੱਕ ਤਰ੍ਹਾਂ ਨਾਲ ਖੋਲਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਅਜੇ। ਪੰਜਾਬੀ ਯੂਨੀਵਰਸਿਟੀ ਦੇ ਬਾਹਰ ਨੁੱਤ ਹੀ ਇੱਕ ਕੋਈ ਨਾ ਕੋਈ ਧਰਨਾ ਲੱਗਿਆ ਰਹਿੰਦਾ ਹੈ, ਪਰ ਅੱਜ ਫਿਰ ਤੋਂ ਇੱਕ ਧਰਨਾ ਲੱਗਿਆ ਹੋਇਆ ਜਿਸ ਦੇ ਵਿੱਚ ਕਿ ਸਟੂਡੈਂਟਸ ਅਤੇ ਟੀਚਰਸ ਦੀ ਮੰਗ ਆ ਉਹਨਾਂ ਦਾ ਜਿਹੜਾ ਵਾਈਸ ਚਾਂਸਲਰ ਆ ਉਸ ਦਾ ਕਾਰਜਕਾਲ ਵਧਾਇਆ ਜਾਵੇ। ਆਓ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ। ਬਈ ਹਸ਼ਕਾਰ, ਸਤਿ ਸ਼੍ਰੀ ਅਕਾਲ ਜੀ, ਕੀ ਮੁੱਦਾ ਕੀ ਹੈ ਜੀ? ਅਸੀਂ ਅੱਜ VC ਸਾਹਿਬ ਦੇ ਕਾਰਜਕਾਲ ਨੂੰ ਵਧਾਉਣ ਦੇ ਹੱਕ 'ਚ ਇਕੱਠੇ ਹੋਏ ਹਾਂ। ਉਹਦੇ ਕੁਝ ਕਾਰਨ ਨੇ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਇੱਕ ਸੰਕਟ 'ਚ ਚੱਲ ਰਹੀ ਸੀ, ਪਰ ਪਿਛਲੇ 3 ਸਾਲਾਂ ਤੋਂ ਜੋ VC ਸਾਹਿਬ ਨੇ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਕਸਦ ਆ ਪੰਜਾਬੀ ਦੇ ਵਿਕਾਸ ਵਾਸਤੇ ਕੰਮ ਕੀਤਾ, ਉਹਦੇ ਕਰਕੇ ਅਸੀਂ ਅੱਜ VC ਸਾਹਿਬ ਦੇ ਕਾਰਜਕਾਲ ਵਧਾਉਣ ਦੇ ਹੱਕ ਦੇ ਵਿੱਚ ਇਕੱਠੇ ਹੋਏ ਹਾਂ। ਪੰਜਾਬ ਸਰਕਾਰ ਇਹ ਬਹੁਤ ਬਹੁਤ ਗਲਤ ਫੈਸਲਾ, ਕਿਉਂਕਿ ਇਹੋ ਜਿਹੇ ਅਫਸਰ ਜਿਹੜੇ ਇੱਕ ਪੂਰੇ ਪੰਜਾਬੀ ਨੂੰ ਸਮਰਪਿਤ ਹੋਣ, ਉਹ ਭਾਵੇਂ ਉਹਨਾਂ ਦਾ ਵਿਸ਼ਾ ਵਿਗਿਆਨ ਆ, ਫਿਜ਼ਿਕਸ ਦਾ ਵਿਸ਼ਾ, ਪਰ ਉਹ ਪੰਜਾਬੀ ਨੂੰ ਇੰਨੇ ਜ਼ਿਆਦਾ ਸਮਰਪਿਤ ਨੇ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰੁੱਖਾਂ ਦਾ ਵੀ ਪੰਜਾਬੀਕਰਨ ਕੀਤਾ ਅਤੇ ਸਬਜੈਕਟਾਂ ਨੂੰ ਇਸ ਤਰੀਕੇ ਨਾਲ ਵਿਉਂਤਿਆ ਕਿ ਪੰਜਾਬੀ ਦਾ ਵਿਕਾਸ ਹੋ ਸਕੇ, ਹਰ ਖੇਤਰ ਤੋਂ ਪੰਜਾਬੀ ਦਾ ਵਿਕਾਸ ਹੋ ਸਕੇ। ਇਸ ਕਰਕੇ ਪੰਜਾਬੀ ਦੇ ਵਿਕਾਸ ਲਈ ਉਹਨਾਂ ਦਾ ਰਹਿਣਾ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਰੂਰੀ ਆ ਅਤੇ ਸਾਡੀ ਪੰਜਾਬ ਸਰਕਾਰ ਨੂੰ ਇਹੀ ਮੰਗ ਆ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਅੱਛਾ, ਪਿਛਲੇ ਕੁਝ ਧਿਰਾਵਾਂ ਦੇ ਵੱਲੋਂ ਕਈ ਵਾਰ ਮੰਗ ਹੋਈ ਸੀ ਵੀ ਜਿਹੜੇ ਪਿਛਲੇ ਵਾਈਸ ਚਾਂਸਲਰ ਨੇ ਆਪਣੇ ਅਰਵਿੰਦ ਜੀ, ਉਹਨਾਂ ਨੂੰ ਹਟਾਇਆ ਜਾਵੇ, ਪਰ ਤੁਸੀਂ ਉਸ ਦੀ ਮੰਗ ਕਰ ਰਹੇ ਹੋ ਉਹਨਾਂ ਨੂੰ ਦੁਬਾਰਾ ਲਿਆਇਆ ਜਾਵੇ। ਦੇਖੋ, ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਆਪਣੇ ਰਾਜਨੀਤਿਕ ਕਾਰਨ ਹੋ ਸਕਦੇ ਨੇ, ਪਰ ਸਾਨੂੰ ਸਾਰੇ ਛੋਟੇ ਮੁੱਦਿਆਂ ਨੂੰ ਛੱਡ ਕੇ ਪੰਜਾਬੀ ਦੇ ਵਿਕਾਸ ਵਾਸਤੇ, ਕਿਉਂਕਿ ਯੂਨੀਵਰਸਿਟੀ ਪੰਜਾਬੀ ਦੇ ਵਿਕਾਸ ਵਾਸਤੇ ਬਣੀ ਹੋਈ ਆ, ਅਤੇ ਸਾਨੂੰ ਇਹੋ ਜਿਹਾ ਬੰਦਾ ਚਾਹੀਦਾ ਕਿ ਜਿਹੜਾ ਪੰਜਾਬੀ ਦੇ ਵਿਕਾਸ ਨੂੰ ਸਮਰਪਿਤ ਹੋਵੇ। ਉਹਨਾਂ 'ਚ ਲੱਖ ਕੋਈ ਕਿਸੇ ਦਾ ਵਿਚਾਰਧਾਰਕ ਮਤਭੇਦ ਹੋ ਸਕਦੇ ਨੇ, ਪਰ ਸਾਨੂੰ ਪੰਜਾਬੀ ਦੀ ਕੋਸਟ 'ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਮੰਗ ਨਹੀਂ ਰੱਖਣੀ ਚਾਹੀਦੀ। ਤੁਸੀਂ ਸਰਕਾਰ ਦੇ ਇਸ ਫੈਸਲੇ ਤੋਂ ਸਹਿਮਤ ਨਹੀਂ ਹੋਈ? ਬਿਲਕੁਲ ਵੀ ਨਹੀਂ। ਮੇਰਾ ਨਾਮ ਰਵਿੰਦਰ ਸਿੰਘ ਹੈ ਅਤੇ ਮੈਂ ਇੱਥੋਂ ਪਹਿਲਾਂ MA ਇੰਗਲਿਸ਼ ਕੀਤੀ, ਫਿਰ LLB ਕੀਤੀ, 5 ਸਾਲ ਕੈਂਪਸ ਦੇ ਵਿੱਚ ਰਹਿ ਕੇ ਪੜ੍ਹਿਆ। ਇਸ ਤੋਂ ਪਹਿਲਾਂ 3 ਸਾਲ ਇੱਕ ਕਾਲਜ 'ਚ ਪੜ੍ਹਿਆ, ਮਹਿੰਦਰਾ 'ਚ, ਉਹ ਵੀ ਇਸ ਯੂਨੀਵਰਸਿਟੀ ਨਾਲ ਐਫੀਲੀਏਟਡ ਸੀ। ਸੋ ਰਾਈਟ ਸਿੰਸ 2015 ਆਈ ਹੈਵ ਬਿਨ ਸਟੱਡਿੰਗ ਇਨ ਦੀ ਯੂਨੀਵਰਸਿਟੀ। ਤੋ
ਜਿੰਨੇ ਵੀ ਵਾਈਸ ਚਾਂਸਲਰ ਸਾਹਿਬਾਨ ਹੁਣ ਤੱਕ ਆਏ ਆਪੋ ਆਪਣੀ ਥਾਂ ਤੇ ਸਾਰੇ ਚੰਗੇ ਨੇ, ਪਰੰਤੂ ਇਹਨਾਂ ਨੇ ਜੋ ਕੰਮ ਕੀਤਾ ਉਹ ਸੱਚੀ ਮੁੱਚੀ ਐਕਸਟਰਾਆਰਡੀਨਰੀ ਹੈ। ਆਪਣੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਤਾਂ ਉਹਨਾਂ ਨੇ ਨਿਭਾਈਆਂ ਹੀ ਨਿਭਾਈਆਂ, ਉਸ ਤੋਂ ਬਾਹਰ ਜਾ ਕੇ ਪਰਸਨਲੀ ਵੀ ਯੂਨੀਵਰਸਿਟੀ ਨੂੰ ਉੱਪਰ ਚੁੱਕਣ ਲਈ ਉਹਨਾਂ ਨੇ ਜਿੰਨਾ ਐਫਰਟ ਲਗਾਇਆ ਹੈ ਉਹਦਾ ਅਸਰ ਦਿਖਦਾ ਹੈ। ਅੱਜ ਤੁਸੀਂ ਦੇਖੋ ਸਾਡੀ ਯੂਨੀਵਰਸਿਟੀ ਵਿੱਤੀ ਸੰਕਟ ਤੋਂ ਬਾਹਰ ਉਹਨਾਂ ਨੇ ਲਿਆਉਣ 'ਚ ਇੰਨਾ ਜ਼ੋਰ ਲਗਾਇਆ ਕਿ ਪੰਜਾਬ ਸਰਕਾਰ ਤੋਂ ਲੜ ਲੜ ਕੇ ਯੂਨੀਵਰਸਿਟੀ ਲਈ ਗ੍ਰਾਂਟਸ ਲਿਆਉਂਦੀਆਂ ਹੈ ਅਤੇ ਉਹ ਪੰਜਾਬੀ ਦੇ ਵਿਕਾਸ ਲਈ ਬਣੀ ਯੂਨੀਵਰਸਿਟੀ ਨੂੰ ਮਤਲਬ ਉਹਦੇ ਵਿੱਚ ਪੰਜਾਬੀ ਦੇ ਵਿਕਾਸ ਲਈ ਉਹ ਖੁਦ ਇੱਕ ਵਿਗਿਆਨੀ ਹੋਣ ਦੇ ਬਾਵਜੂਦ ਵੀ ਪੰਜਾਬੀ ਦਾ ਵਿਕਾਸ ਕਰ ਰਹੇ ਨੇ। ਅਤੇ ਮਤਲਬ ਕਿਸੇ ਵੀ ਹਾਲ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਇਹਨਾਂ ਨੂੰ ਵਾਪਸ ਯੂਨੀਵਰਸਿਟੀ ਦੇ ਵਿੱਚ ਵਾਧਾ ਦਿੱਤਾ ਜਾਣਾ ਚਾਹੀਦਾ। ਔਰ ਇਹ ਤੁਸੀਂ ਵੇਖੋ ਕਮਾਲ ਦੀ ਗੱਲ ਹੈ, ਇਹ ਸਰਕਾਰ ਮੌਜੂਦਾ ਸਰਕਾਰ ਇੱਕੋ ਗੱਲ ਕਹਿੰਦੀ ਹੈ ਕਿ ਅਸੀਂ ਸਿੱਖਿਆ ਦਾ ਵਿਕਾਸ ਕਰਨਾ, ਸਿੱਖਿਆ ਨੂੰ ਉੱਪਰ ਲਿਆਉਣਾ ਸਾਡਾ ਮੰਤਵ ਹੈ, ਪਰ ਹੁਣ ਤੱਕ ਸਾਰੇ ਵਾਈਸ ਚਾਂਸਲਰ ਸਾਹਿਬਾਨ ਨੂੰ ਐਕਸਟੈਂਸ਼ਨ ਮਿਲੀ। ਉਹਨਾਂ ਵਾਈਸ ਚਾਂਸਲਰ ਸਾਹਿਬਾਨ ਨੇ ਕੰਮ ਕੀਤਾ, ਹੋ ਸਕਦਾ ਚੰਗੀ ਗੱਲ ਹੈ, ਪਰੰਤੂ ਜਿੰਨਾ ਕੰਮ ਸਾਰੀ ਯੂਨੀਵਰਸਿਟੀ ਗਵਾਹ ਹੈ ਇਸ ਗੱਲ ਦੀ, ਜਿੰਨਾ ਕੰਮ ਮੌਕੇ ਦੇ ਵਾਈਸ ਚਾਂਸਲਰ ਸਾਹਿਬ ਨੇ ਕੀਤਾ ਇੰਨਾ ਕੋਈ ਨਹੀਂ ਕਰ ਸਕਦਾ। ਮਤਲਬ ਇਹਨਾਂ ਨੂੰ ਐਕਸਟੈਂਸ਼ਨ ਹੀ ਨਹੀਂ ਮਿਲੀ, ਕਿੱਡੀ ਹੈਰਾਨਗੀ ਦੀ ਗੱਲ ਹੈ। ਤੁਸੀਂ ਨਵੇਂ ਵਾਈਸ ਚਾਂਸਲਰ ਜਿਹੜੇ ਆ ਰਹੇ ਨੇ ਉਹਨਾਂ ਦੇ ਉੱਤੇ ਇੱਕ ਭਰੋਸਾ ਜਤਾ ਨਹੀਂ ਸਕਦੇ ਕਿ ਆਪਾਂ ਉਹਨਾਂ ਨੂੰ ਇੱਕ ਮੌਕਾ ਨਹੀਂ ਦੇ ਸਕਦੇ? ਜਿਹੜੇ ਨਵੇਂ ਵਾਈਸ ਚਾਂਸਲਰ ਸਾਹਿਬ ਆ ਰਹੇ ਨੇ ਉਹਨਾਂ ਦਾ ਇੱਥੇ ਕੰਮ ਕਰਨਾ ਜਸਟ ਇੱਕ ਮਜਬੂਰੀ ਹੈ। ਕਿਉਂ ਮਜਬੂਰੀ ਹੈ? ਕਿਉਂਕਿ ਉਹ ਇਸ ਖੱਪੇ ਨੂੰ ਭਰਨ ਲਈ ਜਸਟ ਫੋਰ ਦੀ ਸੇਕ ਆਫ ਫਾਰਮੈਲਿਟੀ ਹੀ ਇਜ਼ ਬੀਇੰਗ ਅਪੁਆਇੰਟਡ ਹੀਅਰ। ਉਹ ਇੱਕ ਪ੍ਰਸ਼ਾਸਨਿਕ ਅਫਸਰ ਨੇ, ਚੰਗੇ ਨੇ, ਬੇਸ਼ੱਕ ਚੰਗੇ ਨੇ, ਪਰੰਤੂ ਹੁਣ ਉਹਨਾਂ ਨੂੰ ਕੁਝ ਸਮੇਂ ਲਈ ਨੇ, ਉਹ ਅੱਧ 3 ਮਹੀਨੇ ਲਈ ਮਤਲਬ ਇੱਥੇ ਹੈਗੇ ਆ, ਉਸ ਤੋਂ ਬਾਅਦ ਕਿਸੇ ਹੋਰ ਵਾਈਸ ਚਾਂਸਲਰ ਸਾਹਿਬ ਨੂੰ ਅਪੁਆਇੰਟ ਕੀਤਾ ਜਾਏਗਾ। ਇੱਥੇ ਦੇ ਵਾਈਸ ਚਾਂਸਲਰ ਇੱਕ ਪ੍ਰੋਫੈਸਰ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ ਇੱਕ ਮਤਲਬ ਵੱਡਾ ਵਿਜ਼ਨ ਹੋਣਾ ਚਾਹੀਦਾ, ਅਤੇ ਉਹ ਮੈਨੂੰ ਲੱਗਦਾ ਇਹ ਮੌਕੇ ਦੇ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਇਹਨਾਂ ਤੋਂ ਅੱਛਾ ਕਿਸੇ ਦਾ ਨਹੀਂ ਹੋ ਸਕਦਾ। ਮਤਲਬ ਸਾਨੂੰ ਸਿਸਟਮ 'ਚ ਵਿਸ਼ਵਾਸ ਹੈ, ਪਰੰਤੂ ਸਾਡੀ ਗੁਜ਼ਾਰਿਸ਼ ਹੈ ਵੀ ਜਿਹੜੇ ਇਹ ਵਾਈਸ ਚਾਂਸਲਰ ਸਾਹਿਬ ਨੇ ਇਹਨਾਂ ਤੋਂ ਅੱਛਾ ਕੋਈ ਕੰਮ ਨਹੀਂ ਕਰ ਸਕਦਾ, ਘੱਟੋ ਘੱਟ ਇਹਨਾਂ ਨੂੰ ਵਾਧਾ ਤਾਂ ਦਿੱਤਾ ਜਾਣਾ ਚਾਹੀਦਾ। ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਨਵੇਂ ਕੋਰਸਿਸ ਲਿਆਉਂਦੇ ਇਹਨਾਂ ਨੇ, 5 ਸਾਲਾ ਕੋਰਸਿਸ, 12ਵੀਂ ਤੋਂ ਬਾਅਦ ਹੁਣ ਸਟੂਡੈਂਟਸ ਨੂੰ ਇਹ ਪ੍ਰੀਵਿਲੇਜ ਹੈ ਕਿ ਉਹ ਸਿੱਧਾ ਆ ਕੇ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਪੜ੍ਹ ਸਕ ਰਹੇ ਨੇ। ਇਹਨਾਂ ਨੇ ਕੋਰਸ ਸ਼ੁਰੂ ਕੀਤੇ, ਇੰਨੀਆਂ ਨਵੀਆਂ ਐਡਮਿਸ਼ਨਸ ਕੀਤੀਆਂ, ਜੇ ਸਾਡੀ ਘੱਟੋ ਘੱਟ ਐਡਮਿਸ਼ਨ ਤੱਕ ਵੀ ਰਹਿ ਜਾਂਦੇ ਸਾਡੀ ਐਡਮਿਸ਼ਨ ਬਹੁਤ ਜ਼ਿਆਦਾ ਹੋ ਜਾਣੀ ਸੀਗੀ। ਇੱਕ ਘੱਟੋ ਘੱਟ ਜੇ ਸਾਲ ਦੀ ਐਕਸਟੈਂਸ਼ਨ ਮਿਲ ਜਾਂਦੀ, ਕੋਈ ਨਵੇਂ ਜਿਹੜੇ ਸਟੂਡੈਂਟ ਹੋਰ ਇੰਨੇ ਸਾਰੇ ਬੱਚੇ ਦਾਖਲ ਹੋਣੇ ਸੀ। ਇਸ ਵਾਰੀ ਤਾਂ ਤੁਸੀਂ ਦੇਖੋ ਕੈਨੇਡਾ ਨੇ ਬਾਹਰ ਜਿਹੜਾ ਬੰਦ ਕਰ ਦਿੱਤਾ, ਹੁਣ ਐਂਟਰੀ 'ਤੇ ਬੈਨ ਲਗਾ ਦਿੱਤਾ ਜ਼ਿਆਦਾਤਰ। ਤਾਂ ਹੁਣ ਤਾਂ ਸਾਡੇ ਕੋਲ ਮੌਕਾ ਸੀ ਐਡਮਿਸ਼ਨ ਵਧਾਉਣ ਦਾ, ਜਦੋਂ ਮੌਕਾ ਆਇਆ ਉਦੋਂ ਸਾਡੇ ਤੋਂ ਸਾਡੇ ਇੰਨੇ ਅੱਛੇ ਵਾਈਸ ਚਾਂਸਲਰ ਸਾਹਿਬ ਖੋਲ੍ਹੇ ਗਏ। ਤਾਂ ਸਾਨੂੰ ਇਹਦੇ ਨਾਲ ਬੜਾ ਰੋਸ ਹੈ। ਯੂਨੀਵਰਸਿਟੀ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛੋ, ਹਰੇਕ ਬੰਦਾ ਇਸ ਫੈਸਲੇ 'ਤੇ ਅਫਸੋਸ ਜਤਾ ਰਿਹਾ। ਅੱਛਾ, ਸਰਕਾਰ ਦੇ ਵੱਲੋਂ ਤੁਹਾਡੇ ਵੱਲੋਂ ਕੀ ਮੰਗਾਂ ਕੀਤੀਆਂ ਜਾ ਰਹੀਆਂ ਨੇ, ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਾਡੀ ਤਾਂ ਇੱਕੋ ਇੱਕ ਮੁੱਖ ਮੰਗ ਕਿ ਵਾਈਸ ਚਾਂਸਲਰ ਸਾਹਿਬ ਨੂੰ ਐਕਸਟੈਂਸ਼ਨ ਦਿੱਤੀ ਜਾਵੇ। ਜੇ ਇਹ ਸੰਭਵ ਹੁੰਦਾ ਤਾਂ ਸਾਰੀ ਯੂਨੀਵਰਸਿਟੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਖੁਸ਼ੀ ਦੀ ਲਹਿਰ ਹੋਏਗੀ ਅਤੇ ਅਸੀਂ ਪੰਜਾਬ ਸਰਕਾਰ ਦੇ ਬੜੇ ਧੰਨਵਾਦੀ ਹੋਵਾਂਗੇ। ਧੰਨਵਾਦ। ਇਹਨਾਂ ਨੂੰ ਤੁਸੀਂ ਲਓ ਨਾ, ਇਹ ਵੀ ਸਾਡੇ ਅੱਛੇ ਸਟੂਡੈਂਟ, ਇਹਨਾਂ ਦੇ ਨਾਲ ਵੀ ਗੱਲ। ਤੁਸੀਂ ਦੱਸੋ ਜੀ, ਤੁਹਾਡਾ ਜਿਹੜਾ ਇਹ ਫੈਸਲਾ ਲਿੱਤਾ ਗਿਆ ਸਰਕਾਰ ਦੇ ਵੱਲੋਂ ਵੀ ਨਵੇਂ ਵਾਈਸ ਚਾਂਸਲਰ ਇੱਕ ਦਿੱਤੇ ਜਾ ਰਹੇ ਨੇ, ਪਰ ਜਿੱਦਾਂ ਦੱਸਿਆ ਕਿ ਉਹ 3 ਮਹੀਨੇ ਵਾਸਤੇ ਹੀ ਆ ਸਕਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਨਵਾਂ ਕੋਈ ਅਪੁਆਇੰਟ ਕੀਤਾ, ਤੁਸੀਂ ਇਸ ਦੇ ਬਾਰੇ ਕੀ ਰਾਏ ਦਿਓਗੇ ਆਪਣੀ? ਪਹਿਲੀ ਗੱਲ ਹੈ ਕਿ ਉਹ ਨਵੇਂ ਵਾਈਸ ਚਾਂਸਲਰ ਨਹੀਂ ਹੈਗੇ, ਉਹਨੂੰ ਕਹਿੰਦੇ ਆ ਇੰਚਾਰਜ, ਐਜੂਕੇਸ਼ਨ ਸੈਕਟਰੀ ਨੂੰ ਇੰਚਾਰਜ ਦਿੱਤਾ, ਚਾਰਜ ਦਿੱਤਾ ਗਿਆ 3 ਮਹੀਨੇ ਦਾ। ਪਹਿਲੀ ਤਾਂ ਕਲੈਰੀਫਿਕੇਸ਼ਨ ਹੈ। ਅਤੇ ਸਾਡੇ ਕੋਲ ਇੱਕ ਤਜਰਬਾ ਹੈਗਾ ਕਿ ਜਦੋਂ ਲਾਸਟ ਟਾਈਮ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਜਦੋਂ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਹੀ ਜਿਹੜੇ ਇੰਚਾਰਜ ਲਾਏ ਸੀ ਅਤੇ ਉਹਨਾਂ ਨੇ ਯੂਨੀਵਰਸਿਟੀ ਦਾ ਕੀ ਜਲੂਸ ਕੱਢ ਕੇ ਰੱਖਿਆ ਸੀ, ਮਤਲਬ ਯੂਨੀਵਰਸਿਟੀ ਦੇ ਸਟੂਡੈਂਟਸ ਹੋ ਜਾਂ ਇੱਥੋਂ ਦੀ ਫੈਕਲਟੀ ਹੋਵੇ, ਕਿੰਨੇ ਉਹ ਜ਼ਲੀਲ ਹੋਏ, ਕਿਉਂਕਿ ਯੂਨੀਵਰਸਿਟੀ ਨੂੰ ਸਿਰਫ ਇੱਕ ਐਜੂਕੇਸ਼ਨਿਸਟ ਹੀ ਸਮਝ ਸਕਦਾ ਹੈ। ਦੂਜੀ ਗੱਲ ਹੈ ਕਿ ਮੈਂ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਓਬਜ਼ਰਵ ਕਰ ਰਿਹਾ, 10 ਸਾਲਾਂ ਦੇ ਇਤਿਹਾਸ 'ਚ
ਮੈਂ ਇਹ ਦੇਖਿਆ ਕਿ ਹਮੇਸ਼ਾ ਧਰਨੇ ਲੱਗਦੇ ਸੀ ਕਿ ਵਾਈਸ ਚਾਂਸਲਰ ਨੂੰ ਪਹੁੰਚਾਇਆ ਜਾਵੇ, ਅਤੇ ਇਹ ਪਹਿਲਾ ਧਰਨਾ ਹੋਏਗਾ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਟੂਡੈਂਟ ਮੁਲਾਜ਼ਮ ਟੀਚਰ ਇਹ ਡਿਮਾਂਡ ਕਰ ਰਹੇ ਨੇ ਕਿ ਵਾਈਸ ਚਾਂਸਲਰ ਨੂੰ ਰੱਖਿਆ ਜਾਵੇ। ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਵਾਈਸ ਚਾਂਸਲਰ ਨੇ ਕਿਹੋ ਜਿਹੇ ਕੰਮ ਕੀਤੇ ਹੋਣਗੇ। ਸੈਕਿੰਡ ਪੁਆਇੰਟ ਇਹ ਹੈ ਕਿ ਜਿਹੜਾ ਤੁਸੀਂ ਇਹ ਧਰਨਾ ਹੁਣ ਦੇਖਦੇ ਹੋ, ਕਿਉਂਕਿ ਹਰੇਕ ਨੂੰ ਜਦੋਂ ਬਾਕੀ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਨੂੰ ਐਕਸਟੈਂਸ਼ਨ ਦਿੱਤੀ ਗਈਆਂ ਜਾਂ ਨਵੀਂ ਐਡਵਰਟਾਈਜ਼ਮੈਂਟਾਂ ਨਹੀਂ ਹੋਈਆਂ ਵਾਈਸ ਚਾਂਸਲਰ ਲਈ, ਤੇ ਸਾਰਿਆਂ ਨੂੰ ਇਹ ਅਸਿਊਮ ਕੀਤਾ ਗਿਆ ਸੀ ਕਿ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਏਗੀ। ਜੇ ਕਿਤੇ ਇਹ ਭੁਲੇਖਾ ਹੁੰਦਾ ਜਾਂ ਇਨਫੋਰਮੇਸ਼ਨ ਹੁੰਦੀ ਕਿ ਇਹਨਾਂ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਾ ਰਹੀ, ਤੇ ਸ਼ਾਇਦ ਤੁਸੀਂ ਦੇਖਦੇ ਕਿ ਇਹਨਾਂ ਦੇ ਐਕਸਟੈਂਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਤੇ ਵੱਡੇ ਧਰਨੇ ਹੋਣੇ ਸੀ। ਸੋ ਸਾਡੀ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਵੀ ਹੈ ਤੇ ਮੈਸੇਜ ਵੀ ਹੈ ਕਿ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ। ਕਾਰਨ ਇਹ ਹੈ ਕਿ ਪੰਜਾਬ ਸਰਕਾਰ, ਜੇ ਕੋਈ ਵੀ ਸਰਕਾਰ ਆਪਣਾ ਕੰਮ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਸਾਨੂੰ ਤਾਂ ਇਹ ਸਿੱਖ ਰਹੇ ਆ, ਇਹਨਾਂ ਨੇ ਉਸ ਯੂਨੀਵਰਸਿਟੀ ਦੀ ਫਾਈਨੈਂਸ਼ੀਅਲ ਜਾਂ ਇੱਕ ਐਡਮਿਨਿਸਟ੍ਰੇਟਿਵ ਮਾਹੌਲ ਜਾਂ ਅਕੈਡਮਿਕ ਮਾਹੌਲ ਦੇ ਵਿੱਚ ਬਹੁਤ ਬੜੋਤੀ ਕੀਤੀ ਹੈ। ਜੇ ਹੁਣ ਇੱਕ ਸਟੇਜ ਤੇ ਲੈ ਕੇ ਆਏ ਨੇ ਤੇ ਇਹਨਾਂ ਨੂੰ ਇੱਕ ਮੌਕਾ ਦੇਣਾ ਬਣਦਾ ਹੈ ਤੇ ਜਾਇਜ਼ ਹੈ ਕਿ ਜੇ ਪੰਜਾਬ ਸਰਕਾਰ ਆਪਣੀ ਇਸ ਗਲਤੀ ਨੂੰ ਹਲੇ ਵੀ ਸੁਧਾਰ ਸਕਦੀ ਹੈ, ਉਹਨਾਂ ਦੇ ਕੋਲ ਮੌਕਾ ਹੈ ਸੁਧਾਰਨ ਦਾ, ਤੇ ਸਾਡੀ ਇਹੀ ਇੱਕ ਡਿਮਾਂਡ ਹੈ। ਅੱਛਾ, ਜਿਹੜੇ ਨਵੇਂ ਵਾਈਸ ਚਾਂਸਲਰ ਸਾਹਿਬ ਆ ਰਹੇ ਨੇ, ਤੁਸੀਂ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਮੇਰੇ ਹਿਸਾਬ ਦੇ ਨਾਲ ਦੇਣਾ ਚਾਹੀਦਾ, ਕਿਉਂਕਿ ਆਪਾਂ ਕਿਸੇ ਨੂੰ ਇਹਦਾ ਪਰਖ ਨਹੀਂ ਸਕਦੇ। ਤੁਹਾਡੀ ਇਸ ਦੇ ਬਾਰੇ ਕੀ رائے ਆ? ਕਿਹੜੇ ਵਾਈਸ ਚਾਂਸਲਰ ਸਾਹਿਬ ਆ ਰਹੇ ਨੇ ਜਿਹੜੇ ਨਵੇਂ ਅਪਾਇੰਟ ਕੀਤੇ ਆ ਰਹੇ ਨੇ? ਤੁਹਾਨੂੰ ਪਹਿਲਾਂ ਹੀ ਕਿਹਾ ਨਾ ਕਿ ਉਹ ਆਫਿਸ ਉਹ ਇੰਚਾਰਜ ਨੇ, ਵਾਈਸ ਚਾਂਸਲਰ ਨਹੀਂ ਹੈਗੇ। ਤੁਸੀਂ ਸਰਕਾਰੀ ਕਾਗਜ਼ ਪੜ੍ਹ ਲਓ, ਉਹਨਾਂ ਦੇ ਅੰਡਰ ਜਿਹੜਾ ਐਜੂਕੇਸ਼ਨ ਸੈਕਟਰੀ ਹੁੰਦਾ ਹੈ ਉਹਨੂੰ ਚਾਰਜ ਦਿੱਤਾ ਗਿਆ ਹੈ। ਤੁਹਾਨੂੰ ਪਹਿਲਾਂ ਸਮਝਣਾ ਪਏਗਾ ਬੀਇੰਗ ਅ ਮੀਡੀਆ ਪਰਸਨ ਡਿਫਰੈਂਸ ਬਿਟਵੀਨ ਅ ਫੁੱਲ ਟਾਈਮ ਵਾਈਸ ਚਾਂਸਲਰ ਐਂਡ ਇੰਚਾਰਜ, ਦੇਰ ਇਜ਼ ਅ ਲੋਟ ਆਫ ਡਿਫਰੈਂਸ, ਦੋਵਾਂ 'ਚ ਫਰਕ ਹੈ। ਉਸ ਤੋਂ ਬਾਅਦ ਉਹ 3 ਮਹੀਨੇ ਬਾਅਦ ਕੋਈ ਸਰਕਾਰ ਕਰਦੀ ਹੈ, 6 ਮਹੀਨੇ ਬਾਅਦ ਕਰਦੀ ਹੈ, ਉਹ ਸਾਨੂੰ ਨਹੀਂ ਪਤਾ। ਠੀਕ ਹੈ, ਫਿਲਹਾਲ ਇਸ ਧਰਨੇ ਦਾ ਮੰਤਵ ਕੀ ਹੈ? ਜੇ ਤੁਸੀਂ ਯੂਨੀਵਰਸਿਟੀ ਦੇ ਅੰਦਰ ਜਾਓ ਤੇ ਮੈਂ ਇਹ ਓਬਜ਼ਰਵ ਕਰ ਰਿਹਾ ਸੀਗਾ ਕਿ ਸਾਰਿਆਂ 'ਚ ਫੀਲਿੰਗ ਹੈਗੀ ਹੈ ਕਿ ਇਸ ਵਾਈਸ ਚਾਂਸਲਰ ਨੂੰ ਮੌਕਾ ਦੇਣਾ ਚਾਹੀਦਾ ਹੈ। ਇਹ ਤਾਂ ਧਰਨਾ ਉਸ ਚੀਜ਼ ਦਾ ਪ੍ਰਗਟਾਵਾ ਹੈ, ਭਵਿੱਖ ਦੇ ਗਰਭ 'ਚ ਕੀ ਛੁਪਿਆ ਸਾਨੂੰ ਨਹੀਂ ਪਤਾ। ਬਹੁਤ ਧੰਨਵਾਦ ਜੀ। ਜਿੱਦਾਂ ਤੁਸੀਂ ਦੇਖਿਆ ਵੀ ਜਿਹੜੇ ਮੌਜੂਦਾ ਇੱਥੇ ਸਟੂਡੈਂਟ ਨੇ, ਯੂਨੀਵਰਸਿਟੀ ਦੇ ਵਿਦਿਆਰਥੀ ਨੇ ਤੇ ਕਈ ਓਲਡ ਵਿਦਿਆਰਥੀ ਨੇ, ਉਹ ਯੂਨੀਵਰਸਿਟੀ ਨੂੰ ਲੈ ਕੇ ਆਪਣੀਆਂ ਮੰਗਾਂ ਕਰ ਰਹੇ ਨੇ ਸਰਕਾਰ ਨੂੰ ਵੀ ਜਿਹੜੇ ਸਾਡੇ ਵਾਈਸ ਚਾਂਸਲਰ ਨੇ ਉਹਨਾਂ ਦਾ ਕਾਰਜਕਾਲ ਵਧਾਇਆ ਜਾਵੇ। ਦੇਖਣਾ ਹੋਵੇਗਾ ਕਿ ਸਰਕਾਰ ਇਸ ਦੇ ਉੱਤੇ ਕੀ ਕਰਦੀ ਹੈ। ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਹੋਣਾ ਹੈ ਕਿ ਕਿਸੇ ਵਾਈਸ ਚਾਂਸਲਰ ਦੇ ਕਾਰਜਕਾਲ ਨੂੰ ਲੈ ਕੇ ਪੁਰਾਣੇ ਵਿਦਿਆਰਥੀ ਤੇ ਨਵੇਂ ਵਿਦਿਆਰਥੀ ਤੇ ਟੀਚਰਸ ਦੇ ਵੱਲੋਂ ਇੱਕ ਧਰਨਾ ਲਾਇਆ ਜਾ ਰਿਹਾ ਵੀ ਉਹਨਾਂ ਦਾ ਜਿਹੜਾ ਕਾਰਜਕਾਲ ਆ ਵਧਾਇਆ ਜਾਵੇ। ਇਸ ਧਰਨੇ ਦੀ ਪੂਰੀ ਜਾਣਕਾਰੀ ਆਪਾਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਗੁਰਿੰਦਰਪਾਲ ਸਿੰਘ ਬੱਬੀ, ਪ੍ਰਧਾਨ ਏ ਕਲਾਸ ਅਫਸਰ ਐਸੋਸੀਏਸ਼ਨ। ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਅੱਜ ਗੇਟ ਬੰਦ ਕੀਤਾ ਗਿਆ, ਇਹ ਗੇਟ ਕਰਨ ਦਾ ਸਾਡਾ ਮੇਨ ਮਕਸਦ ਹੈ ਵੀ ਸਾਡੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਅਰਵਿੰਦ ਜੀ ਦੇ ਕਾਰਜਕਾਲ 'ਚ ਵਾਧਾ ਨਹੀਂ ਕੀਤਾ ਜਾ ਰਿਹਾ, ਜੋ ਕਿ ਇੱਕ ਬਹੁਤ ਹੀ ਧੋਖਾ ਦਿੱਤਾ ਗਿਆ, ਕਿਉਂਕਿ ਪਿਛਲੇ 10-12 ਦਿਨ ਤੋਂ ਅਸੀਂ ਵੀ ਸਾਡੇ ਵਾਈਸ ਚਾਂਸਲਰ ਸਾਹਿਬ ਨੂੰ ਐਕਸਟੈਂਸ਼ਨ ਮਿਲ ਰਹੀ ਹੈ ਅਤੇ ਦੇ ਰਹੇ ਨੇ ਜੀ। ਪੰਜਾਬ ਸਰਕਾਰ ਤਾਂ ਅਸੀਂ ਇਸ ਗੱਲੋਂ ਜ਼ਰੂਰੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੀ ਗ੍ਰਾਂਟ ਵਧਾਈ। ਗ੍ਰਾਂਟ ਵਧਾ ਕੇ ਜਦੋਂ ਯੂਨੀਵਰਸਿਟੀ ਬਿਲਕੁਲ ਲੀਹਾਂ 'ਤੇ ਆ ਗਈ ਤਾਂ ਸਾਡੇ ਤੋਂ ਇੱਕ ਬਹੁਤ ਹੀ ਓਨਸਟ, ਇਮਾਨਦਾਰ ਅਤੇ ਇੱਕ ਵਧੀਆ ਐਡਮਿਨਿਸਟ੍ਰੇਟਿਵ ਜਿਹਨੇ ਯੂਨੀਵਰਸਿਟੀ ਨੂੰ ਲੀਹਾਂ 'ਤੇ ਲੈ ਕੇ ਆਉਂਦਾ, ਉਹਨੂੰ ਸਾਡੇ ਤੋਂ ਜਿਵੇਂ ਇੱਕ ਤਰ੍ਹਾਂ ਨਾਲ ਖੋਲਿਆ, ਜਿਹਦੇ ਕਰਕੇ ਸਾਡੇ ਸਾਰੇ ਅਧਿਆਪਕਾਂ 'ਚ, ਵਿਦਿਆਰਥੀਆਂ 'ਚ, ਕਰਮਚਾਰੀਆਂ 'ਚ, ਅਫਸਰ ਸਮਾਨ 'ਚ ਬਹੁਤ ਰੋਸ ਪੈ ਜਾ ਰਿਹਾ। ਮੇਰੇ ਕਹਿਣ ਦਾ ਮਤਲਬ
ਹੈ ਵੀ ਸਾਡੀ ਏ ਕਲਾਸ ਅਫਸਰ ਐਸੋਸੀਏਸ਼ਨ ਵੱਲੋਂ ਅਤੇ ਬੀ ਅਤੇ ਸੀ ਕਲਾਸ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ 'ਤੇ ਵਿਦਿਆਰਥੀਆਂ ਦੇ ਸਾਰੇ ਗਰੁੱਪਾਂ ਵੱਲੋਂ ਸਾਰਿਆਂ ਵੱਲੋਂ ਇਹ ਗੇਟ ਬੰਦ ਦੀ ਕਾਲ ਦਿੱਤੀ ਗਈ ਸੀ ਅਤੇ ਗੇਟ ਬੰਦ ਕੀਤਾ ਗਿਆ। ਸਾਡੀ ਇੱਕੋ ਇੱਕ ਮੰਗ ਹੈ ਸਾਡੇ ਵਾਈਸ ਚਾਂਸਲਰ ਸਾਹਿਬ ਨੂੰ ਘੱਟੋ ਘੱਟ 3 ਸਾਲ ਦੀ ਜਿਹੜੀ ਟਰਮ ਆਏ ਵਾਈਸ ਚਾਂਸਲਰ ਸਾਹਿਬ ਨੂੰ ਮਿਲਦੀ ਰਹੀ ਹੈ, ਇਹਨਾਂ ਨੂੰ ਵੀ 3 ਸਾਲ ਦੀ ਟਰਮ ਮਿਲਣੀ ਚਾਹੀਦੀ ਹੈ। ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਚੋਣ ਜ਼ਾਬਤੇ ਦੇ ਵਿੱਚ ਇੰਨੀ ਕਿਹੜਾ ਮਤਲਬ ਆ ਗਈ ਸੀ ਕਿ ਚੋਣ ਜ਼ਾਬਤੇ ਦੇ ਵਿੱਚ ਵਾਈਸ ਚਾਂਸਲਰ ਆਪਾਂ ਬਦਲ ਸਕਦੇ ਹਾਂ, ਕਮ ਸੇ ਕਮ ਆਪਾਂ ਉਹਨਾਂ ਨੂੰ ਜ਼ਿਆਦਾ ਨਹੀਂ ਤਾਂ ਆਪਾਂ ਸਾਲ ਦੀ ਐਕਸਟੈਂਸ਼ਨ ਤਾਂ ਦੇ ਸਕਦੇ ਸੀ ਨਾ ਜੀ। ਫਿਰ ਜਿਸ ਇਨਸਾਨ ਨੇ ਜਿਹੜੇ ਇੱਕ ਵਾਈਸ ਚਾਂਸਲਰ ਨੇ ਇਹੋ ਜਿਹਾ ਕੰਮ ਕੀਤਾ ਹੋਇਆ ਇਹ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਏਗਾ ਵੀ ਹਮੇਸ਼ਾ ਇੱਥੇ ਧਰਨੇ ਲੱਗਦੇ ਰਹੇ ਨੇ ਵਾਈਸ ਚਾਂਸਲਰ ਨੂੰ ਇੱਥੋਂ ਕੱਢਣ ਵਾਸਤੇ, ਅਤੇ ਪਹਿਲੀ ਵਾਰੀ ਇਹ ਵੀ ਇਹੋ ਜਿਹੇ ਵਾਈਸ ਚਾਂਸਲਰ ਲਈ ਧਰਨਾ ਇੱਥੇ ਲੱਗਿਆ ਵੀ ਵਾਈਸ ਚਾਂਸਲਰ ਨੂੰ ਇੱਥੇ ਰਹਿਣ ਦਿੱਤਾ ਜਾਵੇ ਕਿਉਂਕਿ ਜੇ ਵਾਈਸ ਚਾਂਸਲਰ ਨੇ ਸਾਡੀ ਯੂਨੀਵਰਸਿਟੀ ਪਹੁੰਚਾਈ ਉਹਨੇ ਸਾਡੇ, ਨਹੀਂ ਤਾਂ ਸਾਨੂੰ ਭਾਅ ਜੀ ਦੂਜੇ ਲਫ਼ਜ਼ਾਂ 'ਚ ਜੇ ਮੈਂ ਕਹਾਂ ਕਿਸੇ ਨੇ ਦਿਹਾੜੀ 'ਤੇ ਨਹੀਂ ਲੈ ਕੇ ਜਾਣਾ ਸੀ ਇੱਥੇ। ਇਸ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਪਹੁੰਚਾ ਕੇ ਸਾਨੂੰ ਮੁਲਾਜ਼ਮਾਂ ਨੂੰ ਪੱਕੇ ਕੀਤਾ, ਮੁਲਾਜ਼ਮਾਂ ਦੀਆਂ ਤਨਖਾਹਾਂ ਲਈਆਂ ਅਤੇ ਲੈ ਕੇ ਆਉਂਦੀਆਂ ਪੈਨਸ਼ਨਾਂ ਨੂੰ, ਕੱਲ੍ਹ ਕੱਲ੍ਹ ਦੀ ਗੱਲ ਦੱਸਣ ਲੱਗਾ ਜੀ, ਕੱਲ੍ਹ ਉਹਨਾਂ ਨੇ ਪੈਨਸ਼ਨਾਂ ਦੀ ਪੈਨਸ਼ਨ ਵੀ ਸਾਈਨ ਕਰਕੇ ਦਿੱਤੀ। ਕਿੱਡੀ ਵੱਡੀ ਗੱਲ ਹੈ ਵੀ ਇੱਕ ਸਟੇਜ 'ਤੇ ਲੂਮਨੀ ਦੀ ਮੀਟਿੰਗ ਚੱਲ ਰਹੀ ਸੀਗੀ, ਲੂਮਨੀ ਦੀ ਮੀਟਿੰਗ ਦੇ ਵਿੱਚ ਉੱਥੇ ਫਾਈਲ ਮੰਗਾ ਕੇ ਵੀ ਮੇਰੇ ਤੋਂ ਕੋਈ ਵੀ ਮਤਲਬ ਕੋਈ ਵੀ ਉਹਨਾਂ ਜਦੋਂ ਮਰਜ਼ੀ ਮਿਲ ਸਕਦਾ ਸੀ, ਉਹ ਬੜੀ ਚੰਗੀ ਤਰ੍ਹਾਂ ਉਹਦੀ ਗੱਲ ਸੁਣਦੇ ਸੀਗੇ ਅਤੇ ਜਿਹੜਾ ਕੰਮ ਹੋਣ ਵਾਲਾ ਸੀ ਉਹ ਕੰਮ ਕਰਦੇ ਸੀਗੇ ਅਤੇ ਯੂਨੀਵਰਸਿਟੀ ਦੇ ਹਿੱਤਾਂ ਲਈ ਜੋ ਕਰ ਗਏ ਨੇ ਸਾਡੀ ਯੂਨੀਵਰਸਿਟੀ ਨੂੰ ਦੁਬਾਰਾ ਪੈਰਾਂ 'ਤੇ ਖੜਾ ਕਰ ਗਏ ਜੀ ਉਹ। ਅਸੀਂ ਇੱਕੋ ਬੇਨਤੀ ਕਰਦੇ, ਹੁਣ ਪੈਰਾਂ 'ਤੇ ਖੜਾ ਕਰਤਾ, ਸਰਕਾਰ ਨੇ ਗ੍ਰਾਂਟ ਦੇ ਦਿੱਤੀ, ਸਾਡੇ ਵਾਈਸ ਚਾਂਸਲਰ ਨੂੰ ਇੱਕੋ ਵਾਰੀ ਬੇਨਤੀ ਐਕਸਟੈਂਸ਼ਨ ਦਿੱਤੀ ਜਾਏ ਬਸ। ਤੁਹਾਡਾ ਸਰਕਾਰ ਦੇ ਨੂੰ ਲੈ ਕੇ ਇੱਕੋ ਇੱਕ ਮੁੱਦਾ ਹੈ ਵੀ ਤੁਹਾਡੇ ਜਿਹੜੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ ਨੇ ਉਹਨਾਂ ਨੂੰ ਦੁਬਾਰਾ ਕਾਰਜਕਾਲ ਵਧਾਇਆ ਗਿਆ। ਹਾਂਜੀ, ਸਾਡਾ ਪੰਜਾਬ ਸਰਕਾਰ ਨਾਲ ਇਸ ਗੱਲ ਨੂੰ ਅਸੀਂ ਧੰਨਵਾਦੀਆਂ ਵੀ ਉਹਨਾਂ ਨੇ ਗ੍ਰਾਂਟ ਦੇ ਕੇ ਸਾਡੀ ਯੂਨੀਵਰਸਿਟੀ ਨੂੰ ਲੈਂਦਾ, ਪਰ ਗ੍ਰਾਂਟ ਕੀ ਕਰੇਗੀ ਜੀ ਉੱਥੇ ਜਦੋਂ ਸਾਡਾ ਇੱਕ ਜਿਹੜਾ ਅਫਸਰ ਹੈ ਜਿਹੜਾ ਬਹੁਤ ਇਮਾਨਦਾਰ ਅਤੇ ਬਹੁਤ ਵਧੀਆ ਤਰੀਕੇ ਨਾਲ ਐਡਮਿਨਿਸਟ੍ਰੇਟਿਵ ਚਲਾ ਰਿਹਾ ਸੀਗਾ ਉਹਦੀ ਐਕਸਟੈਂਸ਼ਨ 'ਚ ਵਾਧਾ ਨਾ ਕਰਕੇ ਤਾਂ ਇੱਕ ਸਾਡੇ ਨਾਲ ਖਿਲਵਾੜ ਕੀਤਾ ਜੀ। ਪੰਜਾਬ ਸਰਕਾਰ ਦੇ ਕੋਲ ਉਮੀਦ ਹੈ ਸਾਨੂੰ ਵੀ ਉਹਨਾਂ ਨੂੰ ਤੁਰੰਤ ਕਰਕੇ ਉਹਨਾਂ ਨੂੰ ਐਕਸਟੈਂਸ਼ਨ ਉਹਨਾਂ ਦੇ ਕਾਰਜਕਾਲ 'ਚ ਵਾਧਾ ਕੀਤਾ ਜਾਵੇ। ਜੇ ਕੋਈ ਕਿਸੇ ਗੱਲ ਦੀ ਉਹਨਾਂ ਦੇ ਵਿੱਚ, ਕਿਉਂਕਿ ਇੱਥੇ ਬਹੁਤ ਵਾਈਸ ਚਾਂਸਲਰ ਰਹਿ ਗਏ ਜਿਨ੍ਹਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਤਾਂ ਉਹ ਵਿੱਚ ਛੱਡ ਕੇ ਚਲੇ ਗਏ ਜੀ, ਠੀਕ ਹੈ ਨਾ ਜੀ। ਇਹ ਵਾਈਸ ਚਾਂਸਲਰ ਨੇ ਆਪਣੇ 3 ਸਾਲ ਦੀ ਜਿਹੜੀ ਟਰਮ ਹੈ ਯੂਨੀਵਰਸਿਟੀ ਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤਾ ਜੀ ਉਹਨਾਂ ਨੇ ਦਿਨ ਰਾਤ ਇੱਕ। ਸੋ ਬਸ ਮੇਰੀ ਇਸ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ। ਇਸ ਮਾਧਿਅਮ ਰਾਹੀਂ ਮੇਰੀ ਇਹੀ ਬੇਨਤੀ ਪੰਜਾਬ ਸਰਕਾਰ ਦੇ ਕੋਲ ਵੀ ਮਾਣਯੋਗ ਵਾਈਸ ਚਾਂਸਲਰ ਡਾਕਟਰ ਅਰਵਿੰਦ ਦੇ ਕਾਰਜਕਾਲ 'ਚ ਵਾਧਾ ਕੀਤਾ ਜਾਵੇ। ਸੋ ਇਹ ਸੀਗੇ ਪ੍ਰੋਫੈਸਰ ਸਾਹਿਬਾਨ ਜਿਨ੍ਹਾਂ ਨੇ ਜਥੇਬੰਦੀਆਂ ਜੋ ਕਿ ਵਾਈਸ ਚਾਂਸਲਰ ਨੂੰ ਲੈ ਕੇ ਸਰਕਾਰ ਨੂੰ ਇੱਕੋ ਇੱਕ ਬੇਨਤੀ ਕਰ ਰਹੇ ਹਨ, ਜਿਹੜੇ ਪ੍ਰੋਫੈਸਰ ਅਰਵਿੰਦ ਜੀ ਨੇ ਉਹਨਾਂ ਦਾ ਜਿਹੜਾ ਕਾਰਜਕਾਲ ਵਧਾਇਆ ਜਾਵੇ। ਦੇਖਦੇ ਹਾਂ ਸਰਕਾਰ ਦੇ ਵੱਲੋਂ ਅੱਗੇ ਕੀ ਅਹਿਮ ਕਦਮ ਚੁੱਕੇ ਜਾਂਦੇ ਨੇ। ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇੱਕ ਰੋਸ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਕਿ ਉਹਨਾਂ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦਾ ਕਾਰਜਕਾਲ ਵਧਾਉਣ ਵਾਸਤੇ ਪੁਰਾਣੇ ਵਿਦਿਆਰਥੀ, ਨਵੇਂ ਵਿਦਿਆਰਥੀ ਅਤੇ ਟੀਚਰਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਸੰਬੰਧੀ ਆਪਾਂ ਗੱਲ ਕਰਦੇ ਹਾਂ ਟੀਚਰਸ ਦੇ ਨਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਅਰਵਿੰਦ ਹੁਣਾਂ ਦਾ ਕਾਰਜਕਾਲ ਵਧਾਉਣ ਵਾਸਤੇ ਸਾਰੇ ਹੀ ਮੁਲਾਜ਼ਮ, ਚਾਹੇ ਨੌਨ ਟੀਚਿੰਗ ਨੇ ਚਾਹੇ ਟੀਚਿੰਗ ਸਟਾਫ ਹੈ, ਉਹ ਸਾਰੇ ਇੱਥੇ ਬੈਠੇ ਨੇ ਜੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਗੇਟ 'ਤੇ ਧਰਨਾ ਲਾ ਕੇ। ਕਿਉਂਕਿ ਮੇਰਾ ਨਾਮ ਡਾਕਟਰ ਸ਼ਾਹਬਾਜ਼ ਸਿੰਘ ਹੈ ਜੀ, ਅਸੀਂ ਗੈਸਟ ਫੈਕਲਟੀ ਮੁਲਾਜ਼ਮਾਂ ਦੇ ਵਿੱਚੋਂ ਹੈ ਜੀ।
ਅਤੇ ਗੈਸਟ ਫੈਕਲਟੀ ਮੁਲਾਜ਼ਮਾਂ ਦਾ ਵੀ ਭਲਾ ਕੀਤਾ, ਸਾਰੇ ਮੁਲਾਜ਼ਮਾਂ ਦਾ ਹੀ, ਕੰਟਰੈਕਟ ਸਟਾਫ ਦਾ ਵੀ ਭਲਾ ਕੀਤਾ ਜੀ ਡਾਕਟਰ ਅਰਵਿੰਦ ਜੀ ਨੇ। ਸਾਨੂੰ 12 ਮਹੀਨੇ ਕੀਤਾ, ਅਸੀਂ 250 ਦੇ ਮਲੀ ਦੇ ਕਰੀਬ ਮੁਲਾਜ਼ਮ ਹੈਗੇ ਹਾਂ। ਕੰਟਰੈਕਟ ਵਾਲਿਆਂ ਦਾ ਤਨਖਾਹ ਵਾਧਾ ਕੀਤਾ ਹੈ, ਹੋਰ ਵੀ ਜਿੰਨਾ ਵੀ। ਅੱਛਾ, ਸਭ ਤੋਂ ਵੱਡਾ ਇਹਨਾਂ ਨੇ 14-15 ਕਰੋੜ ਤੋਂ ਵੱਧ ਦੇ ਘਪਲੇ ਫੜੇ ਯੂਨੀਵਰਸਿਟੀ, ਜਿਹੜੇ ਅੱਜ ਤੱਕ ਕਿਸੇ ਵੀ ਸੀ ਨੇ ਫੜੇ ਨਹੀਂ ਸੀ ਜੀ। ਅਤੇ ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ, ਭਗਵੰਤ ਮਾਨ ਸਰਕਾਰ ਅੱਗੇ, ਕਿ ਸਰ ਦਾ ਹੀ ਜਿਹੜਾ ਹੈ ਅੱਗੇ 3 ਸਾਲ ਦਾ ਵਾਧਾ ਕੀਤਾ ਜਾਵੇ ਜੀ। ਕਿਉਂਕਿ ਜਿਵੇਂ ਜੇ ਜਸਪਾਲ ਸਿੰਘ ਜੀ ਸਾਬਕਾ ਵੀ ਸੀ ਨੂੰ 2 ਟਰਮਾਂ ਫਾਲਤੂ ਮਿਲ ਸਕਦੀਆਂ ਨੇ, ਤਾਂ ਇਹਨਾਂ ਨੇ ਤਾਂ ਕੀਤਾ ਹੀ ਬਹੁਤ ਕੁਛ ਆ। ਡਾਕਟਰ ਅਰਵਿੰਦ ਜੀ ਨੇ ਬਹੁਤ ਭਲਾਈ ਕੀਤੀ ਆ, ਯੂਨੀਵਰਸਿਟੀ ਨੂੰ ਪੈਰਾਂ ਸਿਰ ਖੜਾ ਕੀਤਾ ਜੀ। ਇਹਨਾਂ ਨੂੰ ਤਾਂ ਸਗੋਂ ਉਹਨਾਂ ਤੋਂ ਵੀ ਵੱਧ ਟਰਮਾਂ ਚਾਹੀਦੀਆਂ ਨੇ ਜੀ। ਇੱਕ ਉਰਦੂ ਦਾ ਸ਼ੇਰ ਸੁਣਾਉਂਦੇ ਹੁੰਦੇ ਆ ਕਿ ਹਜ਼ਾਰੋਂ ਬਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਤਬ ਜਾ ਕੇ ਹੋਤਾ ਹੈ ਵਤਨ ਮੈਂ ਦੀਦਾਵਰ ਪੈਦਾ। ਸੋ ਇਹੀ ਦੀਦਾਵਰ ਸੀਗਾ ਜਿਹੜਾ ਯੂਨੀਵਰਸਿਟੀ ਵਾਸਤੇ ਇੰਨਾ ਕੰਮ ਕੀਤਾ ਡਾਕਟਰ ਅਰਵਿੰਦ ਨੇ ਜੀ। ਇਹ ਪਿੱਛੋਂ ਮਾਝੇ ਦਾ ਪਿਛੋਕੜ ਹੈ ਜੀ ਇਹਨਾਂ ਦਾ, ਇਸ ਕਰਕੇ ਕੰਮ ਕਰਨ ਦੀ ਦਲੇਰੀ ਵੀ ਬੜੀ ਹੈ, ਇਹਨਾਂ 'ਚ ਕੰਮ ਕਰਨ ਦੀ ਲਗਨ ਹੈ। ਅਤੇ ਬੇਸਿਕਲੀ ਇਹ ਸਾਇੰਟਿਸਟ ਨੇ ਜੀ, ਪਹਿਲੀ ਵਾਰੀ ਇਹ ਕੋਈ ਸਾਇੰਟਿਸਟ ਅਤੇ ਕੋਈ ਵਿਗਿਆਨਕ ਸੋਚ ਵਾਲਾ ਬੰਦਾ ਵਾਈਸ ਚਾਂਸਲਰ ਮਿਲਿਆ ਹੈ ਪੰਜਾਬੀ ਯੂਨੀਵਰਸਿਟੀ ਨੂੰ। ਇਸ ਕਰਕੇ ਸਾਡੀ ਸਾਰਿਆਂ ਦੀ ਬੇਨਤੀ ਹੈ, ਚਾਹੇ ਨੌਨ ਟੀਚਿੰਗ ਸਟਾਫ ਹੈ ਚਾਹੇ ਟੀਚਿੰਗ ਸਟਾਫ, ਕਿ ਡਾਕਟਰ ਅਰਵਿੰਦ ਨੂੰ ਹੀ ਸਦਾ ਬਹਾਰ ਕੀਤਾ ਜਾਵੇ, ਇਹਨਾਂ ਨੂੰ ਹੋਰ ਟਰਮ ਦਿੱਤੀ ਜਾਵੇ ਜੀ। ਸਾਡੀ ਸਾਰਿਆਂ ਦੀ ਬੇਨਤੀ ਹੈ, ਅਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਅੱਗੇ ਮਾਈਕ ਫੜਾਉਣ ਦੀ ਬੇਨਤੀ ਕਰਦਾ। ਧੰਨਵਾਦ ਦਿੱਤਾ। ਦੇਖਿਆ ਤਾਂ ਉਸ ਤੋਂ ਵੀ ਜਿਹੜੇ ਟੀਚਰ ਸਾਹਿਬਾਨ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਅਰਵਿੰਦ ਜੀ ਦਾ ਕਾਰਜਕਾਲ ਵਧਾਇਆ ਜਾਵੇ, ਤਾਂ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਅੱਗੇ ਕੀ ਕਾਰਜਕਾਲ ਕੀਤਾ ਜਾਣਾ। ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।